ਵਾਲੀਆਂ ਫੌਜਾਂ ਦਾ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਪ੍ਰਵਾਨ ਕਰਿਓ, ਜਿੱਥੇ ਤੱਕ ਵੀ ਆਵਾਜ਼ ਜਾਵੇ ਇਹਦਾ ਉਪਰਾਲਾ ਕਰਨਾ ਵੀ ਆਪਾਂ ਨੇ 15 ਪੋਹ ਨੂੰ 48 ਘੰਟੇ ਜਿਹੜੇ ਸਾਹਿਬਜ਼ਾਦਾ ਦਾ ਇਤਿਹਾਸ ਹੈ ਉਹ ਚੇਤੇ ਰੱਖੀਏ। ਹੁਣ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਇਤਿਹਾਸ ਹੈ ਇਹਦਾ ਖੰਡਾਇਆ ਗਿਆ, ਪਰ ਇਹ ਖਿੰਡਣਾ ਨਹੀਂ। ਪਹਿਲਾਂ ਸੂਬੇ ਨੇ ਜ਼ੋਰ ਲਾਇਆ ਇਹ ਇਤਿਹਾਸ ਨੂੰ ਖੜਾਉਣ ਵਾਸਤੇ, ਇਤਿਹਾਸ ਨੂੰ ਖਤਮ ਕਰਨ ਵਾਸਤੇ। ਹੁਣ ਸਾਡੀਆਂ ਸਰਕਾਰਾਂ ਜ਼ੋਰ ਲਾਈ ਜਾ ਰਹੀਆਂ ਨੇ, ਇਹ ਉਦੋਂ ਵੀ ਨਹੀਂ ਹੋਇਆ ਤੇ ਹੁਣ ਵੀ ਨਹੀਂ ਹੋਣਾ। ਠੀਕ ਹੈ, ਧੰਨਵਾਦ। ਇਹ ਕਿਉਂ? ਕਿਉਂਕਿ ਗੁਰੂ ਪਿਆਰੀ ਸਿੱਖ ਖਾਲਸਾ ਜੀ 6 ਸਰੀਰ ਸੀ, ਧੰਨ ਧੰਨ ਬਾਬਾ ਟੋਡਰਮੱਲ ਜੀ ਤੇ ਉਹਨਾਂ ਦੀ ਪਤਨੀ ਤੇ 4 ਜਿਹੜੇ ਸਰੀਰ ਸੀਗੇ ਜਿਹੜੇ ਕੱਲ ਨੂੰ 15 ਪੋਹ ਨੂੰ ਸੰਸਕਾਰ ਆ ਸਾਡੇ ਸਾਹਿਬਜ਼ਾਦਾ ਅਸਲ ਮਹੀਨੇ ਦੇ ਵਿੱਚ ਉਹ ਇਸੇ ਤਰ੍ਹਾਂ ਹੀ ਕੱਢਣਾ। ਉਹ ਕਹਿੰਦੇ ਸੀ ਵੀ ਸਾਡੇ ਹੋਣਗੇ ਸੂਬਿਆਂ ਤੈਨੂੰ ਦਿਖਾਉਣਗੇ, ਸੂਬਿਆਂ ਸਾਡੇ ਹੋਣਗੇ ਤੈਨੂੰ ਦਿਖਾਉਣਗੇ, ਪਰ ਤੇਰਾ ਇੱਥੇ ਬਿਗਲ ਵਜਾਉਣ ਵਾਲਾ ਇੱਕ ਵੀ ਨਹੀਂ ਰਹਿਣਾ। ਸਾਡੀਆਂ ਫੌਜਾਂ ਉਰੇ ਧੌਂਸੇ ਨਗਾਰਿਆਂ ਦੇ ਨਾਲ ਘੋੜ ਸਵਾਰਿਆਂ ਤੇ ਨੇਜੇਬਾਜ਼ੀਆਂ ਲੈ ਕੇ ਬਰਛੇ ਲੈ ਕੇ ਚੜ੍ਹਦੀ ਕਲਾ ਦੇ ਵਿੱਚ ਸਾਡਾ ਰੂਪ ਆਊਗਾ ਉਰੇ। ਵੀ ਇੱਥੇ 6 ਸਰੀਰ ਹੈ, ਇੱਥੇ 6 ਸਰੀਰ ਨਹੀਂ, ਇੱਥੇ ਤਾਂ 6 ਕਰੋੜ ਤੱਕ ਵਰਦੀ ਹੋਊਗੀ ਮਹਾਰਾਜ ਦੀਆਂ ਫੌਜਾਂ ਦੀ, 6 ਕਰੋੜ ਤੱਕ। ਪਰ ਜਦੋਂ ਇਸ ਧਰਤੀ ਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਵਾਸਤੇ ਇਸ ਧਰਤੀ ਦੇ ਉੱਪਰ ਗੁਰੂ ਪਿਆਰੀ ਸਾਧ ਸੰਗਤ ਜੀ 6 ਸਰੀਰ ਸੀ, ਧੰਨ ਧੰਨ ਬਾਬਾ ਟੋਡਰਮੱਲ ਜੀ ਤੇ ਉਹਨਾਂ ਦੀ ਪਤਨੀ ਤੇ 4 ਜਿਹੜੇ ਸਰੀਰ ਸੀਗੇ ਜਿਹੜੇ ਕੱਲ ਨੂੰ 15 ਪੋਹ ਨੂੰ ਸੰਸਕਾਰ ਆ ਸਾਡੇ ਸਾਹਿਬਜ਼ਾਦਾ ਅਸਲ ਮਹੀਨੇ ਦੇ ਵਿੱਚ ਉਹ ਇਸੇ ਤਰ੍ਹਾਂ ਹੀ ਕੱਢਣਾ। ਉਹ ਕਹਿੰਦੇ ਸੀ ਵੀ ਸਾਡੇ ਹੋਣਗੇ ਸੂਬਿਆਂ ਤੈਨੂੰ ਦਿਖਾਉਣਗੇ, ਸੂਬਿਆਂ ਸਾਡੇ ਹੋਣਗੇ ਤੈਨੂੰ ਦਿਖਾਉਣਗੇ, ਪਰ ਤੇਰਾ ਇੱਥੇ ਬਿਗਲ ਵਜਾਉਣ ਵਾਲਾ ਇੱਕ ਵੀ ਨਹੀਂ ਰਹਿਣਾ। ਸਾਡੀਆਂ ਫੌਜਾਂ ਉਰੇ ਧੌਂਸੇ ਨਗਾਰਿਆਂ ਦੇ ਨਾਲ ਘੋੜ ਸਵਾਰਿਆਂ ਤੇ ਨੇਜੇਬਾਜ਼ੀਆਂ ਲੈ ਕੇ ਬਰਛੇ ਲੈ ਕੇ ਚੜ੍ਹਦੀ ਕਲਾ ਦੇ ਵਿੱਚ ਸਾਡਾ ਰੂਪ ਆਊਗਾ ਉਰੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੈ ਕਰੂੰ ਨਿਵਾਸ। ਲੱਗਦਾ ਬਾਬਾ ਜੀ ਜਿੱਦਾਂ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਨੇ 10 ਲੱਖ ਮੁਗਲ ਫੌਜਾਂ ਦਾ ਟਾਕਰਾ ਕੀਤਾ ਸੀਗਾ, ਲੱਗਦਾ ਉਹੀ ਜਿਹੜੇ ਜੰਗੀ ਜੂ ਕਰਤੱਵ ਨੇ ਅੱਜ ਗਰਾਊਂਡ ਦੇ ਵਿੱਚ ਦਿਖਾਏ ਜਾਣਗੇ। ਵਾਹਿਗੁਰੂ ਜੀ, ਇਹ ਉਹੀ ਰੂਹਾਂ ਨੇ, ਇਹ ਉਹੀ ਰੂਹਾਂ ਨੇ ਜਿਹੜੀਆਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਗਈਆਂ ਸੀਗੀਆਂ, ਜਿਨ੍ਹਾਂ ਨੇ 10 ਲੱਖ ਫੌਜ ਚਮਕੌਰ ਸਾਹਿਬ ਦੀ ਧਰਤੀ ਤੇ 9 ਲੱਖ ਪਿੱਛੇ ਰੋੜ ਕੇ ਆਈਆਂ ਨੇ ਫੌਜਾਂ, ਉਹੀ ਫੌਜਾਂ 9 ਲੱਖ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਇਆ ਰਿਹਾ 8 ਮਹੀਨੇ, ਉਸ ਤੋਂ ਬਾਅਦ 10 ਲੱਖ ਫੇਰ ਚਮਕੌਰ ਦੀ ਗੜੀ ਤੇ ਆਈਆਂ। ਪਰ ਧੰਨ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਨੇ ਐਸਾ ਪ੍ਰਤੱਖ ਦਿਖਾਇਆ, ਐਸੇ ਆਪਣੇ ਫੌਜਾਂ ਦੇ ਵਿੱਚ ਜਾ ਕੇ ਜ਼ੋਰ ਦਿਖਾਏ, ਕਿਉਂਕਿ ਉਹਨੂੰ ਉੱਥੇ ਵੀ ਮੂੰਹ ਦੀ ਖਾਣੀ ਪਈ, ਚਮਕੌਰ ਦੀ ਗੜੀ ਦੇ ਵਿੱਚ ਵੀ ਜਾ ਕੇ ਮੂੰਹ ਦੀ ਖਵਾਈ। ਕਹਿੰਦੇ ਸੂਬਿਆਂ ਤੂੰ ਭੁਲੇਖੇ ਚ ਨਾ ਰਹਿ ਜੀ, ਮੇਰਾ ਤਾਂ ਇਹ, ਉਹ ਕਹਿੰਦੇ ਮਹਾਰਾਜ ਤੁਹਾਡਾ ਕੈਸਾ ਰੂਪ ਹੈ, ਜਿਹੜੇ ਸਿੰਘ ਦੇ ਵਿੱਚ ਦੀ ਦਿਖਦਾ ਤੁਹਾਨੂੰ ਤੁਹਾਡਾ ਹੀ ਰੂਪ ਨਜ਼ਰ ਆਈ ਜਾਂਦਾ, ਜਿਹੜਾ ਸਿੰਘ ਦਿਖਦਾ ਉਹੀ ਗੁਰੂ ਗੋਬਿੰਦ ਸਿੰਘ ਦਾ ਰੂਪ ਨਜ਼ਰ ਆਉਂਦਾ। ਪਰ ਮਹਾਰਾਜ ਨੇ ਬਚਨ ਕਰੇ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੈ ਕਰੂੰ ਨਿਵਾਸ। ਇਹ ਪ੍ਰਤੱਖ ਦਿਖਾਈ ਆ ਗੁਰੂ ਪਿਆਰੀ ਸਾਧ ਸੰਗਤ ਜੀ, ਨਾ ਕਿਸੇ ਜਾਤ ਦਾ, ਨਾ ਕਿਸੇ ਪਾਤ ਦਾ, ਨਾ ਕਿਸੇ ਧਰਮ ਦਾ। ਇੱਥੇ ਜਾਤਾਂ ਪਾਤਾਂ ਤੋਂ ਉੱਪਰ ਹੋ ਕੇ, ਧਰਮਾਂ ਤੋਂ ਉੱਪਰ ਹੋ ਕੇ ਇਹ ਪ੍ਰਤੱਖ ਦਿਖਾਇਆ ਸੀ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਿਉਂਕਿ ਇਹ ਪ੍ਰਤੱਖ ਸੀਗਾ। ਕਿਹੜੇ ਬਾਬਾ ਜਿੱਥੇ ਆਉਂਦੇ ਨੇ ਇੱਥੇ ਜਿਹੜੇ ਜਥੇਬੰਦੀਆਂ ਪਹੁੰਚਦੀਆਂ ਨੇ, ਇੱਥੇ ਬਾਬਾ ਜੀ ਧਰਨਾ ਦਲ, ਵੱਡਾ ਦਲ ਤਾਂ ਮੇਨ ਹੈਗਾ ਹੀ ਹੈਗਾ ਤੇ ਉਹ ਤੋਂ ਬਾਬਾ ਖਿਆਲੇ ਵਾਲੇ ਮਹਾਂਪੁਰਖ ਬਾਬੇ ਵਿਧੀ ਚੰਦੀਏ ਤੇ ਬਾਬਾ ਧਰਨਾ ਦਲ ਵਾਲੀਆਂ ਮਹਾ
6-6 ਘੋੜਿਆਂ ਤੇ ਸਵਾਰ ਸਿੰਘ, 6-6 ਘੋੜਿਆਂ ਤੇ, 4-4 ਘੋੜਿਆਂ ਤੇ, 2 ਘੋੜਿਆਂ ਦਾ ਤਾਂ ਸਾਡਾ ਕਾਫੀ ਫੌਜਾਂ ਨੇ ਜਿਹੜੀਆਂ ਹੋ ਗਈਆਂ, 6-6 ਘੋੜਿਆਂ ਤੇ ਵੀ ਫੌਜਾਂ ਸਵਾਰ ਹੋਈਆਂ ਨੇ। ਪਰ ਇਹਦੇ 'ਚ ਇੱਕ ਬੇਨਤੀ ਇਹ ਆ ਵੀ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਇਤਿਹਾਸ ਹੈ ਇਹਦਾ ਖੰਡਾਇਆ ਗਿਆ, ਪਰ ਇਹ ਖਿੰਡਣਾ ਨਹੀਂ। ਪਹਿਲਾਂ ਸੂਬੇ ਨੇ ਜ਼ੋਰ ਲਾਇਆ ਇਤਿਹਾਸ ਨੂੰ ਖੰਡਾਉਣ ਵਾਸਤੇ, ਇਤਿਹਾਸ ਨੂੰ ਖਤਮ ਕਰਨ ਵਾਸਤੇ। ਹੁਣ ਸਾਡੀਆਂ ਸਰਕਾਰਾਂ ਜ਼ੋਰ ਲਾਈ ਜਾ ਰਹੀਆਂ ਨੇ, ਇਹ ਉਦੋਂ ਵੀ ਨਹੀਂ ਹੋਇਆ ਤੇ ਹੁਣ ਵੀ ਨਹੀਂ ਹੋਣਾ। ਠੀਕ ਹੈ, ਧੰਨਵਾਦ। ਇਹ ਕਿਉਂ? ਕਿਉਂਕਿ ਗੁਰੂ ਪਿਆਰੀ ਖਾਲਸਾ ਜੀ, ਭਵਾਨਗੜ੍ਹ ਸਾਹਿਬ ਦੀ ਧਰਤੀ ਦਾ 48 ਘੰਟੇ ਦਾ ਇਤਿਹਾਸ ਹੈ, ਭਵਾਨਗੜ੍ਹ ਸਾਹਿਬ ਦੀ ਧਰਤੀ ਦਾ 48 ਘੰਟੇ ਦਾ ਇਤਿਹਾਸ ਹੈ ਜਿਹੜਾ ਇਹਨਾਂ ਨੇ ਛੁਪਾਇਆ ਪਿਆ, ਜਿਹੜਾ ਕੋਈ ਬੋਲਦਾ ਨਹੀਂ ਹੈਗਾ। ਕਿਉਂਕਿ ਜਿਹੜਾ ਕੱਲ ਨਗਰ ਕੀਰਤਨ ਚੱਲਿਆ ਨਾ, ਉਹ ਅਸਲ 15 ਪੋਹ ਨੂੰ ਬੇਨਤੀ ਹੈ ਵੀ 15 ਪੋਹ ਨੂੰ ਮਨਾਇਆ ਕਰੋ। 15 ਪੋਹ ਨੂੰ ਬਣਦਾ, ਉਹ ਜਿਹੜੇ ਭਵਾਨ ਨੇ ਸਾਹਿਬਜ਼ਾਦੇ ਨੇ ਉਹ 15 ਪੋਹ ਨੂੰ ਗਏ ਸੀਗੇ, 15 ਪੋਹ ਨੂੰ ਸਜਾਇਤੀ ਟੋਡਰਮੱਲ ਜੀ ਉਹਨਾਂ ਨੇ। ਦੂਜੀ ਬੇਨਤੀ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪੁੱਛ ਕੇ ਦੇਖੋ ਵੀ ਦੁੱਧ ਕਿਹੜੇ ਰੇਟ ਦਾ, ਔਰ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਕਿਸੇ ਨੂੰ ਨਹੀਂ ਪਤਾ, ਪੁੱਛ ਕੇ ਦੇਖ ਲਓ ਸਾਰੇ ਜਾ ਕੇ, ਜੇ ਕਿਸੇ ਨੂੰ ਪਤਾ ਹੋਵੇ ਵੀ ਬਾਬਾ ਮੋਤੀ ਰਾਮ ਮਹਿਰਾ ਜੀ ਉਹਨਾਂ ਦੀ ਸ਼ਹੀਦੀ, ਬਾਬਾ ਮੋਤੀ ਰਾਮ ਮਹਿਰਾ ਜੀ ਉਹਨਾਂ ਦੀ ਸ਼ਹੀਦੀ ਕਿੱਥੇ ਆ, ਹਾਂਜੀ ਕਿਸੇ ਨੂੰ ਨਹੀਂ ਪਤਾ। ਕਿਉਂ ਨਹੀਂ ਪਤਾ? ਕਿਉਂਕਿ ਕਿਸੇ ਨੇ ਦੱਸਿਆ ਹੀ ਨਹੀਂ ਉਹਨਾਂ ਦੀ ਸ਼ਹੀਦੀ ਆ ਜਿਹੜੀ ਉਹ ਠੰਡਾ ਬੁਰਜ ਸਾਹਿਬ ਦੀ ਬੈਕ ਸਾਈਡ 'ਤੇ ਜਿੱਥੋਂ ਤੋਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਪੌੜੀ ਲਾਈ ਤੀ ਨਾ ਦੁੱਧ ਛਕਾਉਣ ਵਾਸਤੇ, ਉੱਥੇ ਉਹਨਾਂ ਦੇ ਕੋਲੂ ਕੱਟ ਕੇ ਉੱਥੇ ਉਹਨਾਂ ਦੇ ਪਰਿਵਾਰ ਨੂੰ ਪੀੜਿਆ ਸੀ। ਉਹ ਤੋਂ ਬਾਅਦ ਟੋਡਰਮੱਲ ਜੀ ਦੀ ਕਿੱਡੀ ਕੁਰਬਾਨੀ, 78,000 ਮੋਹਰ ਵਿਛਾਈ ਇਸ ਧਰਤੀ ਦੇ, 78,000 ਉਹਦੀ ਵੀ ਕੁਰਬਾਨੀ, ਉਹਦੀ ਵੀ ਹਵੇਲੀ ਖੰਡਰ। ਉਸ ਤੋਂ ਬਾਅਦ ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਗੜੀ ਫਤਿਹ ਕੀਤੀ, ਚਮਕੌਰ ਗੜੀ ਦੇ ਮਾਲਕ ਭਾਈ ਸੰਗਤ ਸਿੰਘ ਨੇ ਅੰਡ ਦੇ, ਪਰ ਉਹਨਾਂ ਦੀ ਸ਼ਹੀਦੀ ਨੂੰ ਵੀ ਇੱਥੇ ਰੋਲਿਆ ਗਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫੌਜਾਂ ਦਾ, ਮੀਡੀਆ ਵਾਲੀਆਂ ਫੌਜਾਂ ਦਾ, ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਪ੍ਰਵਾਨ ਕਰਿਓ, ਜਿੱਥੇ ਤੱਕ ਵੀ ਆਵਾਜ਼ ਜਾਵੇ ਇਹਦਾ ਉਪਰਾਲਾ ਕਰਨਾ ਵੀ ਆਪਾਂ ਨੇ 15 ਪੋਹ ਨੂੰ 48 ਘੰਟੇ ਜਿਹੜੇ ਸਾਹਿਬਜ਼ਾਦਿਆਂ ਦਾ ਇਤਿਹਾਸ ਹੈ ਉਹ ਚੇਤੇ ਰੱਖੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।